पिंड दे एक व्यक्ति दे वलों व्योता लड़की नूं तंग परेशान किया जाता सी। व्योता लड़की जिते भी जाती सी व्यक्ति उसका पीछा करता सी, लड़की नूं फोन तक किते जाते सन। जिस तों बाद व्योता लड़की ने तंग परेशान हो के अजिहा कदम चुक लिया कि सब दे होश उड़ गए। व्योता लड़की ने पक्खे दे नाल फाहा लैके आत्महत्या कर ली है। मामला जिला तरन तारण दे कस्बा खालड़ा तो सामने है। दसिया जा रहा है कि जिस व्यक्ति जे तुसी फर्नीचर टाइल या फिर मार्बल खरीदन बारे सोच रहे हो तां हुण बाजार विच नहीं लगाउणे पैणगे चक्कर, समें दी होवेगी बचत। अमृतसर दा मशहूर फौजी मोदी खाना मार्बल एंड फर्नीचर हाउस थोड़े लिए लेके आया सुनहरी मौका। हुण इको छत हेठ मिलेगा बाजार नालों सस्ता ते वधिया समान, जिवें बैड, सोफा, अलमारी, टाइलां, हर किस्म दा मार्बल। नेड़े गुरुद्वारा छेरटा साहिब अमृतसर। वधेरे जानकारी लैण दे लई इक वार संपर्क जरूर करो 79-860-88-452 88-81-44-836। ਵੱਲੋਂ ਵਿਓਤਾ ਪਲਵਿੰਦਰ ਕੌਰ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਉਹ ਸਾਬਕਾ ਫੌਜੀ ਹੈ ਜਿਸ ਦਾ ਨਾਮ ਗਗਨ ਹੈ। ਮ੍ਰਿਤਕ ਔਰਤ ਦੇ ਪਤੀ ਨੇ ਸਾਰੀ ਕਹਾਣੀ ਦੱਸਦੇ ਹੋਏ ਕਿਹਾ ਕਿ ਸਾਬਕਾ ਫੌਜੀ ਨੂੰ ਬਹੁਤ ਵਾਰ ਸਮਝਾਇਆ ਗਿਆ ਪਰ ਉਹ ਨਹੀਂ ਸਮਝਿਆ ਤੇ ਅੱਜ ਉਸ ਦੀ ਪਤਨੀ ਨੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਔਰਤ ਦੇ ਪਤੀ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਦੇ ਗੁਨਾਹਗਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਕੀ ਨਾਮ ਹੈ ਇਹਦਾ? ਪਲਵਿੰਦਰ ਕੌਰ ਜੀ। ਮਸਲਾ ਕੀ ਹੈ? ਕੀ ਮਸਲਾ ਜੀ? ਇਹਨੂੰ ਇੱਥੇ ਖਾਲੜੇ ਦੇ ਵਿੱਚ ਹੀ ਮਜਬੀ ਸਿੰਘਾਂ ਦਾ ਮੁੰਡਾ ਜਿਹੜਾ ਤੰਗ ਪਰੇਸ਼ਾਨ ਕਰਦਾ ਹੈ ਫੋਨ ਕਰਦਾ ਸੀ। ਕੀ ਨਾਮ ਹੈ ਉਹਦਾ? ਗਗਨ। ਅੱਛਾ ਜੀ। ਫੌਜੀ ਆ ਰਿਟਾਇਰ ਹੋ ਗਿਆ ਤੇ ਉਹਨੂੰ ਸਾਡੇ ਪਿੰਡ ਦੇ ਸਰਪੰਚ ਨੇ ਆਮ ਆਦਮੀ ਪਾਰਟੀ ਸੋਨੀ ਨੇ ਵੀ 3 ਵਾਰ ਸਮਝਾਇਆ ਪਰ ਉਹ ਉਹਨੂੰ ਆਪਣੀ ਦੁਕਾਨ ਦੇ ਵਿੱਚ ਭਾਉਂਦਾ ਸੀ ਵਿਦ ਕੇ ਨਹੀਂ ਸੀ ਹਟਦਾ। ਮੈਂ ਉਹਨੂੰ ਬੜੀ ਵਾਰ ਸਮਝਾਇਆ ਇਹਨੂੰ ਢਾਲਾ ਕਹਿੰਦਾ ਹਟ ਗਿਆ ਪਰ ਉਹ ਕੱਲ੍ਹ ਵੀ ਮੇਲੇ ਦੇ ਵਿੱਚ ਪਿੱਛੇ ਅੱਛਾ ਜੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ। ਕੋਈ ਦਰਖਾਸਤ ਵਗੈਰਾ ਨਹੀਂ ਤੁਸੀਂ ਦਿੱਤੀ ਵੀਰ ਦੀ? ਨਹੀਂ, ਅਸੀਂ ਆਪਣੀ ਇੱਜ਼ਤ ਡਰੋ ਨਹੀਂ ਤੈਨੂੰ ਦੱਸਿਆ ਵੀ ਕੋਈ ਨਹੀਂ ਅੱਜ ਸੁਧਰ ਜਾਏ ਕੱਲ੍ਹ ਪਰ ਨਹੀਂ। ਅੱਜ ਕੀ ਵਾਰਦਾਤ ਹੁੰਦੀ ਆ? ਅੱਜ ਵਾਰਦਾਤ ਅਸੀਂ ਬਾਹਰ ਸ਼ਪੀਲ ਲਾਈ ਸੀ ਤੇ ਦਿਨੇ ਉਸ ਮੁੰਡੇ ਨਾਲ ਮੇਰਾ ਝਗੜਾ ਹੋਣ ਲੱਗਾ ਸੀ ਪਰ ਉਹ ਭੱਜ ਗਿਆ ਤੇ ਉਹ ਤੋਂ ਬਾਅਦ ਜਿਹੜਾ ਸਾਡੇ ਪਿੰਡ ਦਾ ਸੋਨੀ ਆਮ ਆਦਮੀ ਪਾਰਟੀ ਦਾ ਉਹਨੇ ਮੈਨੂੰ ਸਮਝਾਇਆ ਵੀ ਚੁੱਪ ਕਰ ਜਾ। ਮੈਂ ਚੁੱਪ ਕਰ ਗਿਆ ਪਰ ਮੇਰੀ ਮੈਂ ਬਾਹਰ ਸ਼ਪੀਲ ਲਾਈ, ਬਾਹਰ ਸ਼ਪੀਲ ਵਰਤਾਉਣ ਦਾ ਮੈਂ ਅੰਦਰ ਕੱਪੜੇ ਪਾਉਣ ਗਿਆ ਤਾਂ ਮੇਰੀ ਘਰ ਦੀ ਨੇ ਆਤਮ ਹੱਤਿਆ ਕਰ ਲਈ। ਮੈਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਆਈ ਆ ਤੇ ਕੋਈ ਬਿਆਨ ਵਗੈਰਾ ਤੁਹਾਡੇ ਦਰਜ ਕੀਤੇ ਆ? ਮੇਰੇ ਬਿਆਨ ਦਰਜ ਕੀਤੇ ਆ, ਪੁਲਿਸ ਕਹਿੰਦੀ ਆ ਵੀ ਕਾਰਵਾਈ ਕਰਾਂਗੇ। ਕੀ ਆਸ਼ਵਾਸਨ ਦਿੰਦੇ, ਕਿਹੜੀ ਕਾਰਵਾਈ ਕਰਦੇ ਆ? ਕਾਰਵਾਈ ਮੈਂ ਇਹ ਚਾਹੁੰਦਾ ਵੀ ਮੁੰਡਾ ਤੇ ਮੁੰਡੇ ਦੀ ਮਾਂ ਤੇ ਉਹਦੇ ਭਰਾ ਨੂੰ ਫੜ ਕੇ ਅੰਦਰ ਦਿੱਤਾ ਜਾਵੇ, ਜੋ ਵੀ ਆ ਕਤਲ ਦਾ ਪਰਚਾ ਉਹਨਾਂ ਤੇ ਦਰਜ ਕੀਤਾ ਜਾਵੇ। ਪੁਲਿਸ ਦੇ ਬਿਆਨ ਵੀ ਮੋਬਾਈਲ ਦੀਆਂ ਲੋਕੇਸ਼ਨਾਂ ਸੂਰ ਲਿਖਿਆ ਉਹਨਾਂ ਨੂੰ ਮੋਬਾਈਲ ਦੀਆਂ ਲੋਕੇਸ਼ਨਾਂ ਕਢਾਈਆਂ ਜਾਣ। ਪਲਵਿੰਦਰ ਕੌਰ ਮੇਰੀ ਲੜਕੀ ਆ ਜੀ। ਕੀ ਮਾਮਲਾ ਹੈ, ਫਾਹ ਕਿਉਂ ਲਿਆ ਨੇ? ਮਾਮਲਾ ਇਹੋ ਹੀ ਆ ਜੀ, ਜਿਹੜਾ ਆਹ ਗੱਲ ਹੋਈ ਆ ਇਹਨਾਂ ਦੀ, ਆਸ ਵਿੱਚ ਲੜਕਾ ਜਿਹੜਾ ਕਿਤੇ ਆਉਂਦਾ ਜਾਂਦਾ ਸੀ ਤੰਗ ਪਰੇਸ਼ਾਨ ਕਰਦਾ ਸੀ। ਅੱਛਾ ਜੀ। ਤੇ ਉਹਦੇ ਕਾਰਨ ਉਹਨੇ ਫਾਹ ਲੈ ਲਿਆ ਆ ਜੀ। ਕਿੰਨਾ ਚਿਰ ਹੋ ਗਿਆ ਇਹਨੂੰ ਵਿਆਹੀ ਨੂੰ? ਇੱਥੇ ਵਿਆਹੀ ਨੂੰ 7-8 ਸਾਲ ਹੋ ਗਏ ਆ ਜੀ। ਕੋਈ ਤੁਹਾਨੂੰ ਜਾ ਕੇ ਦੱਸਿਆ ਹੋਵੇ ਵੀ ਮੈਨੂੰ ਲੜਕਾ ਜਿਹੜਾ ਉਹ ਛੇੜਛਾੜ ਕਰਦਾ? ਨਹੀਂ ਜੀ, ਸਾਨੂੰ ਨਹੀਂ ਕੋਈ ਇਸ ਤਰ੍ਹਾਂ ਦੱਸਦੀ ਰਹੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਲੜਕੀ? ਥੋੜਾ ਬਹੁਤਾ ਪਤਾ ਲੱਗਦਾ ਰਿਹਾ ਵਾ ਵੀ ਪਰੌੜਾ ਹੀ ਇਸ ਤਰ੍ਹਾਂ ਦੱਸਦਾ ਰਿਹਾ ਵਾ ਵੀ ਆਹ ਗੱਲ ਹੈ ਤਾਂ ਅਸੀਂ ਫਿਰ ਸਮਝਾ ਕੇ ਤੇ ਲੜਕੀ ਨੂੰ ਭੇਜ ਦਿੰਦੇ ਰਹੇ ਆ ਵੀ ਆ ਜਾਂਦੀ ਰਹੀ ਆ, ਕੋਈ ਗੱਲਬਾਤ ਨਹੀਂ ਗੀ। ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਕਿਉਂਕਿ ਲੜਕੀ ਨੇ ਤਾਂ ਫਾਹ ਲੈ ਲਈ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦਾ ਭਰੋਸਾ ਜਿਹੜਾ ਉਹ ਦਿੱਤਾ ਗਿਆ। ਲੜਕੀ ਪਲਵਿੰਦਰ ਕੌਰ ਇਹਦੇ ਪਤੀ ਵੱਲੋਂ ਬਿਆਨ ਤੇ ਅਸੀਂ ਕਾਰਵਾਈ ਲਿਖ ਲਈ ਆ। ਉਸ ਦੇ ਮੁਤਾਬਕ ਅਸੀਂ ਜੋ ਵੀ ਬਿਆਨ ਉਹਨਾਂ ਲਿਖਾਇਆ ਝੋਤਾ ਦੀ ਕਾਰਵਾਈ ਜਿਹੜੀ ਕਰਾਉਣ ਲੱਗੇ ਹਾਂ। ਨੈਕਸਟ ਜੋ ਵੀ ਇਹਨਾਂ ਦੇ ਫੈਕਟ ਸਾਹਮਣੇ ਆਉਣਗੇ ਦਰਾਨੇ ਤੁਸੀਂ ਕੋਰਟ ਮਾਰਟ ਤੋਂ ਬਾਅਦ ਪਰਿਵਾਰ ਕਹਿ ਰਿਹਾ ਵੀ ਇੱਕ ਲੜਕਾ ਜਿਹੜਾ ਤੰਗ ਪਰੇਸ਼ਾਨ ਕਾਫੀ ਲੰਮੇ ਸਮੇਂ ਤੋਂ ਟੌਰਚਰ ਕਰਦਾ ਸੀ ਜਿਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਲੜਕੀ ਨੇ ਸੁਸਾਈਡ ਕਰ ਲਿਆ ਹੈ ਤੇ ਪੁਲਿਸ 174 ਦੀ ਕਾਰਵਾਈ ਦੇ ਵਿੱਚ ਮਤਲਬ ਕਿ ਕਰਕੇ ਤੇ ਉਹਨੂੰ ਰਫਾ ਦਫਾ ਕਰ ਰਹੀ ਹੈ। ਬਿਲਕੁਲ ਇਹ ਜੀ ਕੋਈ ਗੱਲ ਨਹੀਂ ਰਫਾ ਦਫਾ ਵਾਲੀ, ਜਿਹੜੀ ਕੋਈ ਤਫਤੀਸ਼ ਇਸ ਤੋਂ ਬਾਅਦ ਵੀ ਆਊਗੀ ਕੋਰਟ ਮਾਰਨ ਤੋਂ ਬਾਅਦ ਉਹ ਕਰਾਂਗੇ ਕਾਰਵਾਈ। ਅਸੀਂ ਦੋਸ਼ੀ ਨੂੰ ਜੇ ਦੋਸ਼ੀ ਪਾਇਆ ਜਾਊ ਤਾਂ ਦੋਸ਼ੀ ਦੇ ਖਿਲਾਫ ਕਦਮਾ ਦਰਜ ਕਰਾਂਗੇ, ਉਹਦੇ ਖਿਲਾਫ ਪੂਰੀ ਅਸੀਂ ਕਾਲ ਡਿਟੇਲ ਦਾ ਨੰਬਰ ਇਹਨਾਂ ਕੋਲ ਲੈ ਲਏ ਆ ਪੜਾ ਕੇ ਜੋ ਵੀ ਉਹਦੇ ਸਾਹਮਣੇ ਗੱਲ ਆਊਗੀ ਸਾਡੇ ਤਫਤੀਸ਼ ਦੇ ਵਿੱਚ। ਜਿਹੜਾ ਪਰਿਵਾਰ ਕਹਿ ਰਿਹਾ ਉਹ ਬਿਆਨ ਦਰਜ ਕੀਤੇ ਗਏ ਆ? ਜਿਹੜਾ ਪਰਿਵਾਰ ਨੇ ਬਿਆਨ ਲਿਖਾਇਆ। ਸਕੈਨਸ ਪੰਜਾਬ ਦੇ ਲਈ ਤਰਨਤਾਰਨ ਤੋਂ ਰਿੰਪਲ ਗੋਲਮ ਦੀ ਰਿਪੋਰਟ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।